ਹਰੋ ਦੋਸਤੋ ਲਾਸਟ ਲੈਕਚਰਸ ਦੇ ਵਿੱਚ ਆਪਾਂ ਤਿਕੋਨਾ ਦੀ ਸਰਵੰਗ ਸੰਪਤਾ ਬਾਰੇ ਗੱਲ ਕੀਤੀ ਸੀ ਉਹਨਾਂ ਦੇ ਜਿਹੜੇ ਦੋ ਮਾਪਦੰਡ ਆਪਾਂ ਫਿਲਹਾਲ ਦੋ ਮਾਪਦੰਡ ਤੇ ਚਰਚਾ ਕੀਤੀ ਸੀ ਐਸਐਸ ਪੂਜਾ ਕੋਣ ਪੂਜਾ ਅਤੇ ਏਐਸਏ ਕੋਣ ਪੂਜਾ ਕੋਣ ਯਾ ਇਹਦੀ ਅੱਗੇ ਜੋ ਸਪੈਸ਼ਲਟੀ ਏਐਸ ਦੀ ਆਪਾਂ ਗੱਲ ਕੀਤੀ ਸੀ ਇਸ ਲੈਕਚਰ ਦੇ ਵਿੱਚ ਇਹਨਾਂ ਦੋਨਾਂ ਮਾਪਦੰਡਾਂ ਨੂੰ ਅੱਗੇ ਆਪਾਂ ਸਮਦੋਪੂਜਿਤ ਕੋਣ ਦੇ ਵਿਚ ਵਰਤਾਂਗੇ ਇਸ ਦੇ ਰਿਜ਼ਲਟ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਜੋ ਸਮਦੋਪੁਜੀ ਤਿਕੋਣ ਹੋਣ ਕਿਹੜੀ ਹੁੰਦੀ ਹੈ ਜਿਹਦੀਆਂ ਦੋ ਭੁਜਾਵਾਂ ਕੀ ਹੋਣ ਬਰਾਬਰ AB ਮੰਨ ਲਓ AB ਬਰਾਬਰ ਹੈ AC ਇੱਥੇ ਜਾਂ ਅਗਰ ਮੈਂ ਦੂਸਰੀ ਤਿਕੋਣ ਕੋਈ ਹੋਰ ਲੈ ਰਿਹਾ ਤਾਂ ਆਹ ਦੋ ਕੋਈ ਵੀ ਦੋ ਹੋ ਸਕਦੀਆਂ ਨੇ ਜਾਂ AC ਬਰਾਬਰ ਹੈ BC ਉਹ ਦੋ ਵੀ ਹੋ ਸਕਦੀਆਂ ਤਾਂ ਆਪਾਂ ਨੂੰ ਪਤਾ ਹੈ ਸਮਦੋਪੁਜੀ ਤਿਕੋਣ ਕਿਹੜੀ ਹੁੰਦੀ ਹੈ ਜੇ ਜਿਹੜੀਆਂ ਦੋ ਪੁਜਾਵਾਂ ਬਰਾਬਰ ਹੋਣ ਚਾਹੇ ਉੱਪਰ ਲੀਆਂ ਦੋ ਹੋ ਸਕਦੀਆਂ ਇੱਕ ਉੱਪਰ ਲਿਖ ਨਿਚਲੀ ਹੋ ਸਕਦੀ ਹੈ ਉਹ ਕਲੀਅਰ ਹੈ ਉਧਰਲਾ ਕੇਸ ਇਧਰਲਾ ਵੀ ਹੋ ਸਕਦਾ ਤਾਂ ਇੱਕ ਬੜਾ ਇੰਪੋਰਟੈਂਟ ਰਿਜ਼ਲਟ ਹੈ ਆਪਣੇ ਕੋਲੇ ਰਿਜ਼ਲਟ ਕੀ ਹੈ ਤਿਕੋਣ ਵਿੱਚ ਜੇ ਦੋ ਪੁਜਾਵਾਂ बराबर ਹਨ ਤਾਂ ਉਹਨਾਂ ਦੇ ਜੋ ਸੰਮੁਖ ਕੋਣ ਹੁੰਦੇ ਐ ਉਹ ਵੀ ਕੀ ਹੁੰਦੇ ਨੇ ਬਰਾਬਰ ਹੁੰਦੇ ਐ ਇੱਕ ਬੜਾ ਇੰਪੋਰਟੈਂਟ ਰਿਜ਼ਲਟ ਹੈ ਜਿਸ ਤੇ ਆਪਾਂ ਜਿਹਨੂੰ ਵਰਤਾਂਗੇ ਕੀ ਐ ਦੇਖੋ ਹੁਣ ਇਸ ਤਿਕੋਣ ਦੇ ਵਿੱਚ ਫਿਲਹਾਲ ਮੈਂ ਇਸ ਤਿਕੋਣ ਦੀ ਗੱਲ ਕਰ ਰਿਹਾ AB ਤੇ AC ਬਰਾਬਰ ਨੇ ਬਰਾਬਰ ਨੇ ਨਾ ਤਾਂ ਇਹਦੇ ਸਾਹਮਣੇ C ਆ ਗਿਆ ਇਹਦੇ ਸਾਹਮਣੇ B ਆ ਗਿਆ ਤਾਂ B ਤੇ C ਵੀ ਆਪਸ ਵਿੱਚ ਕੀ ਹੋਣਗੇ ਫਿਰ ਬਰਾਬਰ ਹੋਣਗੇ ਤੇ ਉਲਟਾ ਵੀ ਹੈ ਅਗਰ ਕੋਣ ਬਰਾਬਰ ਨੇ ਇੱਕ ਤਿਕੋਣ ਦੇ ਵਿੱਚ ਤਾਂ ਉਹਦੇ ਸੰਮੁਖ ਭੁਜਾਵਾਂ ਵੀ ਕੀ ਹੋਣਗੀਆਂ ਬਰਾਬਰ ਹੋਣਗੀਆਂ ਸੇਮ ਸਿਨੈਰੀਓ ਇੱਥੇ ਹੈ ਇੱਥੇ ਆਪਣੇ ਕੋਲ ਕੀ ਹੈ AB ਤੇ BC ਆਪਸ ਵਿੱਚ ਕੀ ਨੇ ਬਰਾਬਰ ਨੇ ਤਾਂ AB ਦੇ ਸਾਹਮਣੇ ਕੋਣ C ਆ ਗਿਆ BC ਦੇ ਸਾਹਮਣੇ ਕੋਣ A ਆ ਗਿਆ ਤਾਂ ਕੋਣ A ਤੇ ਕੋਣ C ਵੀ ਆਪਸ ਕੀ ਹੋਣਗੇ ਬਰਾਬਰ ਉਲਟਾ ਅਗਰ ਦੋ ਕੋਣ ਬਰਾਬਰ ਨੇ ਮੰਨ ਲਓ ਮੈਂ P Q R ਤੇ ਗੱਲ ਕਰ ਰਿਹਾ ਆ ਆਪਾਂ ਲੈ ਲਿਆ Q ਤੇ P ਮੰਨ ਲਓ ਕੋਣ P ਕੋਣ Q ਹੈ ਤਾਂ ਜੋ ਇਹਨਾਂ ਦੇ ਸਾਹਮਣੇ ਵਾਲੀਆਂ ਭੁਜਾਵਾਂ ਕਿਹੜੀਆਂ-ਕਿਹੜੀਆਂ ਦੇਖੋ QR ਅਤੇ PR ਉਹ ਵੀ ਆਪਸ ਦੇ ਵਿੱਚ ਕੀ ਹੋਣਗੀਆਂ ਬਰਾਬਰ ਹੋਣਗੀਆਂ ਤਾਂ ਆ ਇੱਕ ਰਿਜ਼ਲਟ ਹੈ ਕਿ ਇੱਕ ਤਿਕੋਣ ਵਿੱਚ ਜਦੋਂ ਦੋ ਪੁਜਾਮਾ ਬਰਾਬਰ ਹੁੰਦੀਆਂ ਕਿਉਂਕਿ ਕਲੀਅਰ ਹੈ ਜੇ ਦੋ ਪੁਜਾਮਾ ਬਰਾਬਰ ਹੁੰਦੀ ਹੈ ਤਾਂ ਉਹ ਸੰਦੋਪੁਜੇ ਤਿਕੋਣ ਹੁੰਦੀ ਹੈ ਤਾਂ ਇੱਕ ਤਿਕੋਣ ਵਿੱਚ ਅਗਰ ਦੋ ਪੁਜਾਮਾ ਬਰਾਬਰ ਨੇ ਤਾਂ ਉਹਨਾਂ ਦੇ ਜਿਹੜੇ ਸੰਮੁਖ ਸਾਹਮਣੇ ਵਾਲੇ ਕੋਣ ਵੀ ਕੀ ਹੁੰਦੇ ਨੇ ਬਰਾਬਰ ਜਾਂ ਉਲਟਾ ਇੱਕ ਤਿਕੋਣ ਵਿੱਚ ਜੇ ਦੋ ਕੋਣ ਬਰਾਬਰ ਨੇ ਤਾਂ ਉਹਨਾਂ ਦੇ ਸੰਮੁਖ ਜਾਂ ਸਾਹਮਣੇ ਵਾਲੀਆਂ ਭੁਜਾਵਾਂ ਵੀ ਕੀ ਹੋਣਗੀਆਂ ਬਰਾਬਰ ਹੋਣਗੀਆਂ ਤਾਂ ਇਸ ਰਿਜ਼ਲਟ ਨੂੰ ਆਪਾਂ ਜੋ ਇਸ ਟੌਪਿਕ 'ਚ ਆਪਾਂ ਕੁਐਸ਼ਨਸ ਕਰਨੇ ਨੇ ਯੂਜ਼ ਕਰਾਂਗੇ ਸਰਵੰਗ ਸੰਪਤਾ ਦੇ ਵਿੱਚ ਤੇ ਆ ਦੋ ਮਾਪ ਡੰਡਾ ਨੂੰ ਆਪਾਂ ਵਰਤਾਂਗੇ ਆਪਾਂ ਹੁਣ ਐਗਜ਼ਾਮਪਲ ਸਟਾਰਟ ਕਰਦੇ ਹਾਂ ਕੁਐਸ਼ਨ ਸਟਾਰਟ ਕਰਦੇ ਹਾਂ ਤਾਂ ਕੁਐਸ਼ਨ ਕੀ ਕਹਿ ਰਿਹਾ ਪਹਿਲਾ ਉਦਾਹਰਣ ਕੀ ਕਹਿ ਰਹੀ ਹੈ ਤਿਕੋਣ ABC ਵਿੱਚ ਤ੍ਰਿਕੋਣ ABC ਵਿੱਚ ਕੋਣ A ਦਾ ਸਮਦੁਭਾਜਕ AD ਪੂਜਾ BC ਤੇ ਲੰਭ ਹੈ ਤ੍ਰਿਕੋਣ ABC ਕਾਪਾ ਨੂੰ ਦਿੱਤੀ ਹੋਈ ਹੈ ਡਾਇਗਰਾਮ आ का आप डायग्राम देती हुई है तो सिद्ध करो ए बी बराबर ए सी या तिकोन ए सी एक समदो त्रिकोण तिकोन है एक ही गल है क्योंकि अगर दो भुजाव बराबर ने तो तिकोना तिकोन की होंगी है सम ਹੁਣ ਦੇਖੋ ਕੀ ਦਿੱਤਾ ਹੋਇਆ ਕਹਿੰਦੇ ਤਿਕੋਣ ABC ਵਿੱਚ ਕੋਣ A ਦਾ ਸਮਦੁਭਾਜਕ ਕੋਣ A ਦਾ ਸਮਦੁਭਾਜਕ ਆ ਇਹਦੇ ਬਰਾਬਰ ਹੋ ਗਿਆ ਆਪਾਂ ਸੌਖਾ ਕਰਨ ਲਈ ਨਾਮ ਦੇ ਰਿਆਂ ਤਾਂ 1 ਬਰਾਬਰ ਹੈ 2 AD ਪੂਜਾ BC ਤੇ ਲੰਭ ਹੈ ਲੰਭ ਦਾ ਮਤਲਬ 90 ਡਿਗਰੀ ਇੱਥੇ ਵੀ ਆਪਾਂ ਸੌਖਾ ਬਣਾਉਣ ਦੇ ਲਈ ਨਾਮ ਦੇ ਦਿੰਨੇ ਆ ਤਾਂ ਸਿੱਧ ਕਰਨਾ ਹੈ ਹੁਣ ਆਪਣੇ ਕੋਲ ਦੋ ਤਿਕੋਣਾਂ ਬਣ ਗਈਆਂ ਇੱਕ ਆ ਬਣ ਗਈ ਇੱਕ ਆ ਬਣ ਗਈ ਤ੍ਰਿਕੋਣ ए बी डी ਅਤੇ ਤ੍ਰਿਕੋਣ ए सी डी ਇੱਕ ਆਪਾਂ ਨੂੰ ਕੋਣ ਦਾ ਸਮਦੁਭਾਜਕ ਦਿੱਤਾ ਹੋਇਆ ਹੈ ਕੋਣ 1 ਬਰਾਬਰ ਹੈ ਕੋਣ 2 ਦੂਸਰਾ ਆਪਾਂ ਨੂੰ ਕੀ ਦਿੱਤਾ ਹੋਇਆ ਹੈ ਲੰਭ ਦਿੱਤਾ ਹੋਇਆ ਹੈ ਕੋਣ 3 ਬਰਾਬਰ ਹੈ ਕੋਣ 4 90 ਡਿਗਰੀ ਆਪਾਂ ਇੱਕੋ ਗੱਲ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਹੀ ਕਿ ਦੋ ਸ਼ਰਤਾਂ ਆਪਾਂ ਨੂੰ ਦੇਣਗੇ ਦੇਣਗੇ ਤੀਜੀ ਸ਼ਰਤ ਆਪਾਂ ਦੇਖਣੀ ਹੈ ਦੇਖੋ ਅਤੇ ਦੋ ਤਿਕੋਣਾਂ ਆਪਾਂ ਲੈ ਕੇ ਚੱਲੇ ਆ ਆ ਹਿੱਸਾ ਕੀ ਆ ਗਿਆ ਸਾਂਝਾ ਆ ਗਿਆ ਤਾਂ ਇਹਦਾ ਮਤਲਬ ਏਡੀ ਕੀ ਹੋ ਗਿਆ ਸਾਂਝਾ ਤਿਕੋਣਾ ਸਰਵਾਂਗਸਾਂ ਤੇ ਜੇ ਤਿਕੋਣਾਂ ਸਰਵਾਂਗਸਾਂ ਨੇ ਪਹਿਲਾ ਸਿਧਾਂਤ ਦੇਖੋ ਕਿਹੜਾ ਦੋ ਕੋਣ ਤੇ ਵਿਚਕਾਰਲੀ ਭੁਜਾ ਏਐਸਏ ਮਾਪਦੰਡ ਤਾਂ ਸਿਧਾਂਤ ਜਾਂ ਮਾਪਦੰਡ ਜਾਂ ਕਸੌਟੀ ਸ਼ਬਦ ਵੀ ਵਰਤਿਆ ਜਾਂਦਾ ਹੈ ਕਿਹੜਾ ਆਪਣੇ ਕੋਲੇ ਐਸਏ ਤਾਂ ਉਸ ਦੇ ਸਿਧਾਂਤ ਦੇ ਰਾਹੀਂ ਜਾਂ ਮਾਪਦੰਡ ਰਹੀ ਤਿਕੋਣਾ ਕੀ ਹੋ ਗਿਆ ਸਰਵੰਗਸਮ ਤੇ ਜਿਸ ਤਿਕੋਣਾ ਸਰਵੰਗਸਮ ਹੈ ਉਹਨਾਂ ਦੇ ਸੀਪੀਸੀਟੀ ਸੰਗਤ ਭਾਗ ਕਿਹੜੇ-ਕਿਹੜੇ ਦੇਖੋ ਇੱਕ ਦੇ ਸਾਹਮਣੇ ਇਹ ਇੱਥੇ ਮੈਂ ਕਈ ਆਨਸਰ ਲਿਖ ਰਿਹਾ ਹਾਂ ਦੇਖੋ ਆ ਵੀ ਆ ਗਿਆ ਇੱਕ ਆ ਬਰਾਬਰ ਲਿਆ ਤਾਂ ਇਹਦੇ ਸਾਹਮਣੇ ਏਬੀ ਬਰਾਬਰ ਹੈ ਏਸੀ ਇਹ ਸੀਪੀਸੀਟੀ ਹੈ ਹਨੇ ਇੱਥੇ ਦੇਖੋ ਆਪਾਂ ਨੂੰ ਆ ਸਿੱਧ ਕਰਨ ਨੂੰ ਕਿਹਾ ਆਪਣਾ ਆਨਸਰ ਆ ਗਿਆ ਕੁਐਸਚਨ ਆਪਣਾ ਖਤਮ ਹੋ ਗਿਆ ਇਹ ਸਿਰਫ ਇੱਕ ਮੈਂ ਸਮਝਾਉਣ ਦੇ ਲਈ ਲਿਖਿਆ BD ਬਰਾਬਰ ਹੈ DC ਕਿਉਂਕਿ ਕਈ ਵਾਰੀ ਆਪਾਂ ਨੂੰ ਇਹ ਵੀ ਕਹਿ ਸਕਦੇ ਆ ਕਿ ਸਿੱਧ ਕਰੋ ਇੱਕ ਹਿੱਸਾ ਇਹ ਵੀ ਆ ਸਕਦਾ ਹੈ ਕਿ D BC ਦਾ ਮੱਧ ਬਿੰਦੂ ਹੈ ਆ ਸਕਦਾ ਹੈ ਹੈਨਾ ਤਾਂ ਫਿਰ ਆਪਾਂ ਲਿਖ ਕਿਉਂਕਿ ਦੇਖੋ ਆਪਾਂ ਇੱਕ ਗੱਲ ਕੀ ਕੀਤੀ ਹੈ ਜਿਹੜੇ ਕੋਣ ਬਰਾਬਰ ਹੈ ਉਹਨਾਂ ਦੇ ਸਾਹਮਣੇ ਵਾਲੀਆਂ ਸੰਗਤ ਪੁਜਾਵਾਂਗੇ ਜਿਹੜਾ ਕੋਣ ਬਰਾਬਰ ਆਉ ਸਾਹਮਣੇ ਸੰਗਤ ਹੈ ਤਾਂ ਸਿੱਧਾ ਆਪਣਾ ਆਨਸਰ ਆ ਸਕਦਾ ਹੈ ਸੰਗਤ ਭਾਗ ਨੂੰ ਆਪਾਂ ਬੜੀ ਆਸਾਨੀ ਦੇ ਨਾਲ ਕੀ ਕਰ ਸਕਦੇ ਹਾਂ ਆਪਾਂ ਹੱਲ ਕਰ ਸਕਦੇ ਹਾਂ ਤਾਂ ਇਹ ਹੋ ਗਿਆ ਦੇਖੋ ਆਪਣੇ ਕੋਲੇ ਪਹਿਲਾ ਕੁਸ਼ਚਨ ਜਿਸ ਤੇ ਆਪਾਂ ਗੱਲ ਕਰਦੇ ਹਾਂ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਕੁਸ਼ਚਨ ਕੀ ਹੈ ਆਪਣੇ ਕੋਲੇ ਤਿਕੋਣ ABC ਵਿੱਚ ਤਿਕੋਣ abc ਵਿੱਚ ਬਿੰਦੂ e ਅਤੇ f ਤਿਕੋਣ ਇਹ ਆਪਾਂ ਨੂੰ ਇੱਥੇ ਡਾਇਗਰਾਮ 기ਵਨ ਹੈ ਆਪਾਂ ਨੂੰ ਬਿੰਦੂ e ਅਤੇ f ਸਮਾਨ ਭੁਜਾਵਾਂ ab ਅਤੇ ac ਸਮਾਨ ਭੁਜਾਵਾਂ ab ਅਤੇ ac ਦੇ ਕਰਮ ਵਾਰ ਮੱਧ ਬਿੰਦੂ ਹਨ ਸਿੱਧ ਕਰੋ BF ਬਰਾਬਰ ਹੈ CE ਡਾਇਗਰਾਮ ਆਪਾਂ ਨੂੰ 기ਵਨ ਹੈ ਤਿਕੋਣ ABC ਵਿੱਚ A ਅਤੇ F ਭੁਜਾਮਾਂ AB ਅਤੇ मधबिंदू ने देखो दिता की हो मधबिंदू ने आप गल करते हैं सिद्ध करना बी एफ बराबर है की होया, सब तो पहला ए रकम पढ़ो की रकम कह रही है e ईट समान भुजाव ए बीते एसी मतलब ए बीते एसी आपस की ने बराबर ने फिलहाल ਮੈ ਉਹ ਰਕਮ ਨੂੰ ਤੋੜ ਰਿਹਾ ਸਟੇਟਮੈਂਟ ਨੂੰ ਡਾਇਗਰਾਮ ਨੂੰ ਤੋੜ ਰਿਹਾ ਮੈਂ ਇੱਥੇ ਆਪਾਂ ਨੂੰ ਆ ਦੋਨੇ ਦੇ ਦੇ ਦیتے ਨਾ ਏ ਬੀ ਅਤੇ ਏ ਸੀ ਕੀ ਕਰਤੇ ਆਪਾਂ ਨੂੰ ਦੇਤੇ ਨੰਬਰ 2 ਆਹਾਂ ਦੋਨੇ ਇਹਦੇ ਮੱਧ ਬਿੰਦੂ ਨੇ ਤਾਂ ਦੇਖੋ ਹੁਣ ਧਿਆਨ ਨਾਲ ਈ ਇੱਥੇ ਜੇ ਕਿਤੇ ਹੈ ਐਫ ਇੱਥੇ ਜੇ ਕਿਤੇ ਹੈ ਜਦੋਂ ਆਹ ਦੋਨੇ ਹਿੱਸੇ ਬਰਾਬਰ ਹੋ ਗਏ ਤੇ ਆਹ ਮੱਧ ਬਿੰਦੂ ਨੇ ਅੱਧੇ ਨੇ ਤਾਂ ਇਹਦਾ ਮਤਲਬ ਅੱਧੇ ਹਿੱਸੇ ਵੀ ਆਪਸ ਕੀ ਹੋਣਗੇ ਬਰਾਬਰ ਹੋਣਗੇ ਆਪਾਂ ਉੱਪਰਲੇ ਹਿੱਸੇ ਤੇ ਗੱਲ ਕਰਦੇ ਆ ਇੱਕ ਦੋ ਤਰੀਕੇ ਨਾਲ ਹੋਊਗਾ ਮੈਂ ਦੋਨੇ ਤਰੀਕੇ ਦੱਸਦਾ ਤਾਂ ਫਿਰ ਈ ਜਾਂ ਤੇ ਐਫ ਕਿਉਂਕਿ ਮੱਧ ਬਿੰਦੂ ਨੇ ਤਾਂ ਜਦੋਂ ਦੋ ਭੁਜਾਵਾਂ ਬਰਾਬਰ ਨੇ ਤਾਂ ਜਦੋਂ ਮੱਧ ਬਿੰਦੂ ਆ ਗਿਆ ਤਾਂ ਅੱਧੇ ਹਿੱਸੇ ਵੀ ਕੀ ਹੋਣਗੇ ਬਰਾਬਰ ਹੋਣਗੇ ਤਾਂ ਫਿਰ AE ਕਿਹਦੇ ਬਰਾਬਰ ਆ ਗਿਆ AF ਦੇ ਠੀਕ ਤਾਂ ਸਿੱਧ ਕਰਨਾ ਹੈ ਹੁਣ ਤਿਕੋਣਾ ਦੇਖੋ ਆਪਾਂ ਕੀ ਕੀ ਲੈ ਕੇ ਚੱਲੇ ਆ ਏਬੀ ਤੇ ਏਸੀ ਏਬੀ ਤੇ ਏਸੀ ਆਪਾਂ ਇਹ ਲੈ ਕੇ ਚੱਲੇ ਆ ਨਾ ਨੰਬਰ 2 ਦੂਸਰਾ ਆਪਾਂ ਕਿਹੜਾ ਲਿਆ ਏਈ ਤੇ ਏਐਫ ਏਪੀ ਤੇ ਏਐਫ ਸਿੱਧਾ ਕੀ ਕਰਨਾ ਹੈ ਬੀਐਫ ਤੇ ਸੀਈ ਧਿਆਨ ਨਾਲ ਦੇਖੋ ਤੁਹਾਨੂੰ ਦੋ ਤਿਕੋਣਾਂ ਦਿਖ ਰਹੀਆਂ ਨੇ ਇੱਥੇ ਕਿਹੜੀ ਕਿਹੜੀ ਤਿਕੋਣ ਦਿਖ ਰਹੀ ਹੈ ਜੋ ਦਿੱਤਾ ਹੋਇਆ ਹੈ ਤੇ ਜੋ ਸਿੱਧ ਕਰਨਾ ਹੈ ਕਿਉਂਕਿ ਇੱਥੇ ਦੇਖੋ ਕਈ ਤਿਕੋਨਾਂ ਨੇ ਆਪਾਂ ਨੂੰ ਸਮਝ ਨਹੀਂ ਆ ਰਿਹਾ ਪਿਛਲੇ ਡਾਇਗਰਾਮਸ ਦਾ ਸਿੱਧਾ ਪਿਆ ਸੀ ਆਪਣੇ ਕੋਲੇ ਇੱਕ ਇੱਧਰ ਪਈ ਸੀ ਇੱਕ ਉਧਰ ਪਈ ਸੀ ਪਰੰਤੂ ਇੱਥੇ ਬੜੀ ਕਨਫਿਊਜ਼ਨ ਹੈ ਤਾਂ ਜੋ ਤੁਹਾਨੂੰ ਦਿੱਤਾ ਹੋਇਆ ਤੇ ਜੋ ਤੁਹਾਨੂੰ ਸਿੱਧ ਕਰਨਾ ਹੈ ਤੁਹਾਨੂੰ ਉਹ ਸਾਰੇ ਮਿਲਾ ਕੇ ਦੱਸਣਗੇ ਤੁਸੀਂ ਕਿਹੜੇ ਤਿਕੋਨ ਲੈ ਕੇ ਚੱਲਣੀ ਹੈ ਏ ਇੱਕ ਤਿਕੋਨ ਆ ਗਈ ਐਫ ਬੀ ਏ ਈ ਸੀ ਆ ਇਹਦੇ ਬਰਾਬਰ ਹੋ ਗਿਆ य दे बराबर हो गया ठीक उ डॉट पा रहा क्योंकि ये आप सिद्ध करना है।, है तो तिकोन किड़ी केड़ी होगी तिकोन ए एफ बी तिकोन ए ई सी सब तो पहला ए बी बराबर है ए सी नंबर दो ए -E बराबर है ए एफ की मैं यह सही लिखे ਮੈਨੂੰ ਜਾਣ ਕੇ ਲਿਖਿਆ ਹੈ ਕਿ ਮੈਨੂੰ ਸਹੀ ਲਿਖਿਆ ਹੈ ਨਹੀਂ ਆਪਾਂ ਗੱਲ ਕੀਤੀ ਸੀ ਜੋ ਤਿਕੋਣ ਪਹਿਲੇ ਨੰਬਰ ਤੇ ਆਉਗੀ ਖੱਬੇ ਹੱਥ ਆਉਗੀ ਉਸੇ ਦੀਆਂ ਭੁਜਾਵਾਂ ਖੱਬੇ ਹੱਥਾਂ ਦੀਆਂ ਤੇ ਇਹਦੀ ਪੂਜਾ ਏ ਐਫ ਹੈ ਤਾਂ ਇਸ ਗੱਲ ਦਾ ਧਿਆਨ ਚ ਰੱਖਿਓ ਗੱਲ ਮੈਂ ਇਹ ਗਲਤੀ ਜਾਣ ਕੇ ਕੀਤੀ ਹੈ ਤਾਂ ਕਿ ਤੁਹਾਨੂੰ ਇਹ ਚੀਜ਼ ਦਾ ਧਿਆਨ ਚ ਰਹੇ ਤਾਂ ਏ ਐਫ ਬਰਾਬਰ ਹੈ ਏ ਈ ਤੇ ਇੱਕ ਹੋਰ ਦੇਖੋ ਧਿਆਨ ਨਾਲ ਆਪਾਂ ਇੱਕ ਤਿਕੋਣ ਆ ਲਈਏ ਇੱਕ ਘਾ ਲਈਏ ਆ ਹਿੱਸਾ ਦੋਹਾਂ ਦੇ ਵਿੱਚ ਕੀ ਆ ਗਿਆ ਸਾਂਝਾ ਆ ਗਿਆ ਕੋਣ A ਬਰਾਬਰ ਹੈ ਕੋਣ A ਸਾਂਝਾ ਤਾਂ ਤਿਕੋਣ AFB ਸਰਵੰਗ ਸਮ ਹੈ ਤਿਕੋਣ AEC ਆ ਦੋ ਤੇ ਵਿਚਾਲਣ ਵਾਲਾ ਕੋਣ ਬਰਾਬਰ ਹੈ ਤਾਂ ਸਿਧਾਂਤ ਕਿਹੜਾ ਹੋ ਗਿਆ ਆਪਣੇ ਕੋਲੇ ਮਾਪਦੰਡ ਕਿਹੜਾ ਹੋ ਗਿਆ S A S ਤਾਂ ਇਸ ਲਈ ਹੁਣ ਸੰਗਤ ਭਾਗ ਕਿਹੜੇ ਹੋਗੇ ਫਿਰ BF ਬਰਾਬਰ ਹੈ C ਕਿਵੇਂ ਹੋਏ ਆਪਾਂ ਦੇਖਦੇ ਹਾਂ ਬੀ ਐਫ ਦੇ ਸਾਹਮਣੇ ਏ ਐ ਦੇ ਸਾਹਮਣੇ ਵੀ ਏ ਐ ਤੇ ਏ ਆਪਣੇ ਕੋਲੇ ਬਰਾਬਰ ਪਿਆ ਤਾਂ ਇਸ ਕਰਕੇ ਇਹਦੇ ਸੰਗਤ ਭਾਗ ਕੀ ਹੋਗੇ ਬਰਾਬਰ ਇਸ ਕੁਸ਼ਚਨ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਕਰ ਸਕਦੇ ਹਾਂ ਹੁਣ ਮੈਂ ਉਸਤੇ ਗੱਲ ਕਰਦਾ ਇਹ ਹੋ ਗਿਆ ਦੇਖੋ ਕੀ ਫਰਕ ਪਿਆ ਇੱਥੇ ਮੈਂ ਉੱਪਰ ਲੀਆਂ ਤੇ ਕੋਣਾਂ ਲਈਆਂ ਨੇ ਆਪਾਂ ਦੋਨੇ ਉੱਪਰ ਲੀਆਂ ਕਿਹੜੀਆਂ ਕਿਹੜੀਆਂ ਆਹਾ ਤੇ ਆਹਾ ਅਗਲਾ ਜਿਹੜਾ ਇਹਦੇ ਆਪਸ਼ਨ ਹੈ ਆਲਟਰਨੇਟ ਮੈਥਡ ਹੈ ਮੈਂ ਨਿਚਲੀਆਂ ਦੀ ਕੋਣਾਂ ਲਵਾਂਗਾ 1 ਤੇ 2 ਤਾਂ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਕੱਟ ਸਕਦੇ ਹੋ ਹੁਣ ਆਪਾਂ ਇਹਦੇ ਦੂਸਰੇ ਮੈਥਡ ਤੇ ਗੱਲ ਕਰਦੇ ਆ ਇਹਨੂੰ ਦੁਬਾਰਾ ਬਣਾਨੇ ਆ ਸਾਰੇ ਨੂੰ A B C E F ਆ ਡਾਇਗਰਾਮ ਸੀ ਕੀ ਫਰਕ ਪਿਆ ਕਿਉਂਕਿ ਜਦੋਂ ਆਪਾਂ ਨਿਚਲੇ ਹਿੱਸੇ ਦੀ ਗੱਲ ਕਰਾਂਗੇ ਦੇਖੋ ਧਿਆਨ ਨਾਲ ਹੁਣ ਮੈਂ ਇਸ ਹਿੱਸੇ ਦੀ ਗੱਲ ਕਰ ਰਿਹਾ B E C C F B ਸਭ ਤੋਂ ਪਹਿਲਾਂ ਆਪਾਂ ਨੂੰ ਸਮਾਨ ਭੁਜਾਵਾਂ ਦਿੱਤੀ ਹੈ ਤੇ ਜਦੋਂ ਆਪਾਂ ਨਿਚਲੇ ਅਤੇ ਕੋਣਾਂ ਲਵਾਂਗੇ ਖੁਦ ਦੇਖੋ AB ਤੇ AC ਦਾ ਇਸ ਚ ਆਂਦਾ ਹੀ ਨਹੀਂ ਨਹੀਂ ਆਂਦਾ ਨਾ ਤਾਂ ਆਪਾਂ ਰਿਜ਼ਲਟ ਵਰਤਾਂਗੇ ਰਿਜ਼ਲਟ ਕੀ ਸੀ ਜੇ ਦੋ ਭੁਜਾਵਾਂ ਬਰਾਬਰ ਨੇ ਤਾਂ ਉਹਦੇ ਸੰਮੁਖ ਕੋਣ ਵੀ ਕੀ ਹੋਣਗੇ A, C, A, C बराबर ਹੋਣਗੇ ਏਬੀ ਦੇ ਸਾਹਮਣੇ ਆ ਗਿਆ ਸੀ ਏਸੀ ਦੇ ਸਾਹਮਣੇ ਆ ਗਿਆ ਬੀ ਤਾਂ ਪਹਿਲੀ ਸ਼ਰਤ ਆ ਬਣ ਗਈ ਪੂਰੇ ਦੀ ਪੂਰੀ ਕੋਣ ਬੀ ਬਰਾਬਰ ਹੈ ਕੋਣ ਸੀ ਪਹਿਲਾ ਕੰਮ ਆਪਣਾ ਹੋ ਗਿਆ ਨੰਬਰ 2 ਫੇਰ ਉਹੀ ਗੱਲ ਜਦੋਂ ਏਬੀ ਬਰਾਬਰ ਹੈ ਤੇ ਏਸੀ ਬਰਾਬਰ ਹੈ ਆ ਮੱਧ ਬਿੰਦੂ ਹੈ ਤੇ ਆ ਜਦੋਂ ਮੱਧ ਬਿੰਦੂ ਹੋ ਗਏ ਆ ਦੋਨੇ ਇਹਦੇ ਅੱਧੇ ਹਿੱਸੇ ਹੋਗੇ ਨਾ ਹੈਨਾ ਤਾਂ ਇਹਦਾ ਮਤਲਬ ਫੇਰ EF ਮੱਧ ਬਿੰਦੂ ਹਨ ਤਾਂ ਫਿਰ ਇਸ ਲਈ ਜਿਹੜੇ ਅੱਧੇ ਹਿੱਸੇ ਹੋਗੇ ਇਹਨਾਂ ਦੇ BE ਕਿਹਦੇ ਬਰਾਬਰ ਆ ਗਿਆ CF ਦੇ ਦੋ ਸ਼ਰਤਾਂ ਆਪਣੇ ਕੋਲ ਆ ਗਈਆਂ ਤੀਜੀ ਸ਼ਰਤ ਦੇਖੋ ਧਿਆਨ ਨਾਲ ਜਿਹੜਾ BC ਐ ਇਹ ਦੋਹਾਂ ਦੇ ਵਿੱਚ ਕੀ ਐ ਸਾਂਝਾ ਐ ਤਾਂ ਤੀਜੀ ਸ਼ਰਤ ਇਹ ਬਣ ਗਈ ਤਿਕੋਣਾ ਕੀ ਹੋ ਜਾਣਗੀਆਂ ਸਰਵੰਗ ਸਮ ਲਿਖਦੇ ਹਾਂ ਤਿਕੋਣ BE C अतित्य कोण CFB ਵਿੱਚ ਪਹਿਲੀ ਸ਼ਰਤ ਕੋਣ B ਬਰਾਬਰ ਹੈ ਕੋਣ C ਕਿਉਂਕਿ AB ਬਰਾਬਰ ਹੈ AC ਦੂਜੀ ਕਿਉਂਕਿ ਉਹ ਮੱਧ ਬਿੰਦੂ ਨੇ BE ਬਰਾਬਰ ਹੈ CF ਤੀਸਰੀ BC BC ਕੀ ਹੋ ਗਿਆ ਸਾਂਝਾ ਤਾਂ ਇਹਦਾ ਮਤਲਬ ਜਿਹੜੀਆਂ ਤਿਕੋਨਾਂ ਨੇ ਉਹ ਕੀ ਹੋ ਗਿਆ ਸਰਵੰਗ ਸਮ ਕਿਹੜਾ ਕੰਡੀਸ਼ਨ ਲੱਗੀ ਐਸ ਏ ਐਸ ਤਾਂ ਇਸ ਲਈ ਦੇਖੋ ਆ ਬਰਾਬਰ ਨੇ ਤਾਂ ਇਹਦੇ ਸੰਮੁਖ ਵੀ ਕੀ ਹੋਗੇ ਬਰਾਬਰ ਤਾ ਸੀਈ ਕਿਉਂਕਿ ਇਹਦੇ ਸਾਹਮਣੇ ਸੀਈ ਹੈ ਬਰਾਬਰ ਡੀ ਐਫ ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਦੋਨੋਂ ਵੇ ਨੇ ਜਿਸ ਵੇ ਨਾਲ ਆਪਾਂ ਕੁਐਸਚਨ ਕਰ ਸਕਦੇ ਆ ਹੁਣ ਅਗਲੇ ਕੁਐਸਚਨ ਤੇ ਆਂ ਅਗਲੇ ਕੁਐਸਚਨਸ ਕੀ ਫਰਕ ਪਿਆ ਮੈਂ ਦੱਸਦਾ ਸਿਰਫ ਥੋੜਾ ਦਾ ਚੇਂਜ ਹੈ ਮੈਂ ਪਹਿਲਾਂ ਹੀ ਕਲੀਅਰ ਕਰ ਰਹੇ ਹਾਂ ਇੱਥੇ ਆਪਾਂ ਨੂੰ E ਤੇ F ਮੱਧ ਬਿੰਦੂ ਨੇ ਉਸ ਕੁਐਸਚਨ ਦੇ ਵਿੱਚ E ਅਤੇ F ਲੰਬ ਨੇ ਸਿਰਫ ਆ ਫਰਕ ਹੈ ਇੱਥੇ ਦੇਖੋ E ਅਤੇ F ਮੱਧ ਬਿੰਦੂ ਦਿੱਤੇ ਹੋਏ ਸੀ ਤਾਂ ਆਪਾਂ ਨੂੰ ਐਜ਼ এ ਮੱਧ ਬਿੰਦੂ ਲੈ ਕੇ ਚੱਲੇ ਹਾਂ ਤੇ ਅਗਲੇ ਕੁਐਸਚਨ ਦੇ ਵਿੱਚ ਉਹ ਲੰਬ ਨੇ ਦੇਖੋ ABC ਇੱਕ ਸਮਦੋਪੁਜੇ ਤਿਕੋਣ ਹੈ ਜਿਸ ਵਿੱਚ ABC ਇੱਕ ਸਮਦੋਪੁਜੇ ਤਿਕੋਣ ਹੈ ਜਿਸ ਵਿੱਚ BE ਅਤੇ CF ਸਮਾਨ ਭੁਜਾਵਾਂ ਜਿਸ ਵਿੱਚ BE ਅਤੇ CF ਸਮਾਨ ਭੁਜਾਵਾਂ AC ए ते लंब हैं सिद्ध करो कि सिद्ध करना है? बिल्कुल सेम क्वेश्चन बी ई बराबर है सी एफ ए बी सी समदो पोजी है समान ए ये है BE ਅਤੇ CF ਲੰਬ ਨੇ ਉੱਥੇ ਕੀ ਸੀ ਮੱਧ ਬਿੰਦੂ ਨੇ ਸਿਰਫ ਇੰਨਾ ਕੁ ਫਰਕ ਪਾਇਆ ਇਹਨਾਂ ਨੇ ਸਿਰਫ ਇੱਕ ਲਾਈਨ ਦਾ ਫਰਕ ਪਾਇਆ ਇੱਕ ਲਾਈਨ ਵੀ ਨਹੀਂ ਬੇਸਿਕਲੀ ਇੱਕ ਸ਼ਬਦ ਦਾ ਫਰਕ ਪਾਇਆ ਉਹਰੇ ਲੰਬ ਲਿਖਿਆ ਉੱਥੇ ਲਿਖਿਆ ਸੀ ਇਹਨਾਂ ਨੇ ਮੱਧ ਬਿੰਦੂ ਤੇ ਕੁਐਸਚਨ ਬਿਲਕੁਲ ਸੇਮ ਹੈ ਸਿਰਫ ਇੱਕ ਸ਼ਬਦ ਦੇ ਨਾਲ ਚਲੋ ਜੀ ਕਰੀਏ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਿਸਟਮ ਹੋਮੀ ਜਾਂ ਉੱਪਰਲੇ ਦੋ ਇਹ ਜਾਂ ਨਿਚਲੇ ਦੋ ਏਸੋ ਵੀ ਆਪਾਂ ਦੋ ਤਰੀਕਾ ਨਾਲ ਕਰ ਸਕਦੇ ਆ ਜਾਂ ਉੱਪਰਲੇ ਦੋ ਜਾਂ ਨਿਚਲੇ ਦੋ ਆਪਾਂ ਪਹਿਲਾਂ ਉੱਪਰਲੇ ਦੋ ਕਿਉਂਕਿ ਇਹ ਸਿਖਰ ਲੰਬ ਹੈ ਤਾਂ ਦੋਹਾਂ ਪਾਸੇ 90 ਇੱਧਰ ਵੀ 90 ਹੈ ਇੱਧਰ ਵੀ 90 ਹੈ ਇੱਧਰ ਵੀ 90 ਹੈ ਤਾਂ ਇੱਧਰ ਵੀ 90 ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਹਿਸਾਬ ਨਾਲ ਚੱਲਦੇ ਆਂ ਪੁਜਾਵਾਂ A B ਤੇ ਇਸ ਦਿੱਤੀਆਂ ਹੋਈਆਂ ਤਾਂ ਫਿਰ ਇਹਦਾ ਮਤਲਬ ਇਹਦੇ ਹਿਸਾਬ ਨਾਲ ਤਿਕੋਣਾ ਉੱਪਰਲੀ A E B ਦੂਸਰੀ ਸੱਜੇ ਪਾਸੇ ਵਾਲੀ ਹੋਗੀ ਉੱਪਰਲੀ A FC ਪਹਿਲੀ ਸ਼ਰਤ ਦੂਜਾ ਦੇਖੋ ਧਿਆਨ ਨਾਲ ਲੰਬ ਦੇ ਰੱਖਿਆ ਦੇ ਰੱਖਿਆ ਨਾ ਦੇਖੋ ਇੱਕ ਤਿਕੋਣ ਆਪਾਂ ਆ ਲਈਏ ਛੇੜ ਕਰਿਆ ਕਰੋ ਛੇੜਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਆਪਾਂ ਕਿਹੜੇ ਤਿਕੋਣ ਲੈਣੇ ਤੇ ਸ਼ਰਤਾਂ ਕੀਵੇਂ ਚੱਲਦੀਆਂ ਇੱਕ ਨੂੰ ਮੈਂ ਇਦਾਂ ਲਾਈਨਾਂ ਮਾਰਤੀਆਂ ਦੇਖੋ ਤੁਹਾਨੂੰ ਖੁਦ ਕਲੀਅਰ ਹੋ ਰਿਹਾ ਇੱਥੇ ਦੋ ਸ਼ਰਤਾਂ ਆ ਗਈਆਂ ਤੀਜੀ ਸ਼ਰਤ ਆ ਖੁੰਝਾ आ कौन दोह आ रहा है तो यह मतलब आ कौन की हो गया की हो गया सांचा हो गया क्वेश्चन हो गया अपने को तिकोन ए ई बी तिकोन ए एफ सी विच ए बी बराबर है ए सी आ नब्बे है कौन ई e, बराबर कौन एफ नब्बे तीसरी शर्त कोण ए سانਜਾ ਠੀਕ 190 1 ਦੇ ਰੱਖਿਆ ਇੱਕ ਸਾਂਝਾ ਇਸ ਲਈ ਤਿਕੋਨਾ ਹੋ ਗਿਆ ਸਰਵੰਗ ਸੰਪ ਸਿਧਾਂਤ ਕਿਹੜਾ ਹੈ ਇੱਥੇ ਮਾਪਦੰਡ ਕਿਹੜਾ ਹੈ ਚੈੱਕ ਕਰੀਏ ਆ ਰਿਹਾ एएसए ਨਹੀਂ ਐਏਐਸ ਦੇਖਦੇ ਹਾਂ 90 90 ਦੇ ਸਾਹਮਣੇ ਵਾਲੀ ਬਰਾਬਰ ਹੈ ਸ਼ਰਤ ਆ ਗਈ ਨਾ ਤਾਂ ਇਹਦਾ ਮਤਲਬ ਏ ਏ ਇਸ ਸਿਧਾਂਤ ਦੇ ਨਾਲ ਤਿਕੋਣਾ ਕੀ ਹੋਗੀਆਂ ਸਰਵੰਗਸਮ ਇਸ ਲਈ ਜਿਹੜੇ ਇਹਨਾਂ ਦੇ ਸੰਗਤ ਭਾਗ ਨੇ ਬੀ ਈ ਤੇ ਸੀ ਐਫ ਵੀ ਕੀ ਹੋਣਗੇ ਬਰਾਬਰ ਸੀ ਪੀ ਸੀ ਟੀ ਸੀ ਪੀ ਸੀ ਟੀ ਕੀ ਸੀ ਸਰਵੰਗਸਮ ਤਿਕੋਣਾ ਦੇ ਸੰਗਤ ਭਾਗ ਹੁਣ ਇਹ ਹਿੱਸਾ ਆਪਾਂ ਕਿਵੇਂ ਕੀਤਾ ਹੈ ਉੱਪਰ ਲੀਆਂ ਦੋ ਤਿਕੋਣਾਂ ਲੈ ਕੇ ਅਗਲੇ ਪਾਰਟ ਇਹਦਾ ਜਾਂ ਕੀ ਕਰਾਂਗੇ ਨਿਚਨੀਆਂ ਮੈਂ ਜਾਂ ਵੀ ਕਰਵਾ ਦੰਨਾ ਸੇਮ ਕੁਐਸਚਨ ਹੈ ਪਿਛਲਾ ਸਿਰਫ ਇੱਕ ਚੇਂਜ ਕਰਤਾ ਉੱਥੇ ਆਪਾਂ ਮੱਧ ਬਿੰਦੂ ਨੂੰ ਵਰਤੇ ਆ ਇੱਥੇ ਆਪਾਂ ਲੰਬ ਨੂੰ ਵਰਤੇ ਆ A B C E F ਆ ਲੰਬ ਹੈ ਕਿਉਂਕਿ ਆਪਾਂ ਨਿਚਲਾ ਇਸਾ ਵਰਤਨੇ ਤਾਂ ਮੈਂ ਨੀਚੇ ਲੰਬ ਲਿਖ ਰਿਹਾ ਹੁਣ AB ਬਰਾਬਰ ਹੈ AC ਕਿਉਂਕਿ ਆਪਾਂ ਜਦੋਂ ਨਿਚਲੀਆਂ ਤਿਕੋਣਾਂ ਯੂਜ਼ ਕਰ ਰਹੇ ਆ ਤਾਂ ਇਹਦਾ ਮਤਲਬ ਆਪਾਂ ਕੀ ਕਰਾਂਗੇ ਇਹਦੇ ਸਾਹਮਣੇ ਕੋਣ b ਬਰਾਬਰ ਹੈ ਕੋਣ ਸੇ ਤਾਂ ਇੱਕ ਤਿਕੋਣ ਆ ਹੋਗੀ ਇੱਕ ਤਿਕੋਣ ਆ ਹੋਗੀ ਆ ਦੇਖੋ ਆ ਪੂਜਾ ਕੀ ਆ ਗਈ ਸਾਂਝੀ ਆ ਗਈ ਆਪਣੇ ਕੋਲ ਤਿਕੋਣਾਂ ਕੀ ਬਣ ਗਈਆਂ ਸਰਵਾਂਗਾਂ ਤ੍ਰਿਕੋਣ ਬੀ ਐਫ ਸੀ ਅਤੇ ਤ੍ਰਿਕੋਣ ਸੀ ਈ ਬੀ ਵਿੱਚ ਕੋਣ ਬੀ ਬਰਾਬਰ ਹੈ ਕੋਣ ਸੀ ਆ 90 ਪਏ ਨੇ ਕੋਣ ਐਫ ਬਰਾਬਰ ਹੈ ਕੋਣ ਈ ਤੇ ਬੀ ਸੀ ਆਪਣੇ ਕੋਲ ਕੀ ਆ ਗਈ ਸਾਂਝੀ ਤਾਂ ਇਸ ਲਈ ਤ੍ਰਿਕੋਣਾਂ ਆਪਣੇ ਕੋਲ ਕੀ ਹੋ ਗਈਆਂ ਸਰਵੰਗ ਸਮ ਤ੍ਰਿਕੋਣ ਬੀ ਐਫ ਸੀ ਸਰਵੰਗ ਸਮ ਹੈ ਸੀਈਬ ਸ਼ਰਤ ਕਿਹੜੀ ਲੱਗੀ ਆ ਬਰਾਬਰ ਆ ਗਿਆ ਏ ਏ ਐਸ ਕਿਉਂ ਲੱਗੀ ਕਿਉਂਕਿ ਜਿਹੜੇ ਬਰਾਬਰ ਨੇ ਉਹਨਾਂ ਦੇ ਸਾਹਮਣੇ ਵਾਲੇ ਭੁਜਾ ਮਾ ਵੀ ਕੀ ਨੇ ਬਰਾਬਰ ਨੇ ਇਹ ਏ ਐਸ ਇਸ ਲਈ ਹੁਣ ਇਹਦੇ ਸਾਹਮਣੇ ਸੀ ਐਫ ਇੱਥੇ ਦੇਖੋ ਧਿਆਨ ਰੱਖਣਾ ਕਿਉਂਕਿ ਆਪਣੀ ਆਦਤ ਹੈ ਆਪਾਂ ਇਹਦੇ ਸਾਹਮਣੇ ਲਿਖ ਦਾਂਗੇ ਬੀ ਸੀ ਐਫ ਲੇਕਿਨ ਸੀ ਐਫ ਪਹਿਲੀ ਟਿਕੋਣ ਦਾ ਪਾਰਟ ਹੈ ਤਾਂ ਤੇ ਸੀ ਐਫ ਪਹਿਲਾਂ ਆਊਗਾ ਉਹੀ ਗੱਲ ਦੁਬਾਰਾ ਜਿਹੜੀ ਤਿਕੋਣ ਪਹਿਲੇ ਨੰਬਰ ਤੇ ਖੱਬੇ ਹੱਥ ਲਿਖੀ ਹੈ ਉਸੇ ਦੀਆਂ ਪੁਜਾਵਾਂ ਤੇ ਕੋਣ ਵੀ ਕੀ ਖੱਬੇ ਹੱਥ ਹੀ ਆਣਗੇ ਤਾਂ ਦੇਖੋ ਕੁਐਸਚਨ ਉਹੀ ਹੈ ਉਹਦੇ ਦੋ ਤਰੀਕੇ ਹੋਗੇ ਆਪਣੇ ਕੋਲੇ ਹੱਲ ਕਰਨ ਦੇ ਨੈਕਸਟ ਕੁਐਸਚਨ ਕੁਐਸਚਨ ਕੀ ਕਹਿ ਰਿਹਾ ਹੈ ए बी सी ਅਤੇ डी बी सी ो आधार बीसी उ दो सम दो भुजी तिकोना हैं दो सम दो भुजी तिकोना हैं सिद्ध करो कौन ए बी डी बराबर है एसीडी क्वेश्चन देखो आ डायग्राम ए ਆਪਾਂ ਨੂੰ ਦਿੱਤੀ ਹੋਈ ਹੈ ए बी सी समद्विभुजी ਆ ਵੀ समद्विभुजी सिद्ध ਕਰਨਾ ਹੈ ਆ कोण बराबर ਹੈ ਉਹ कोण ਇਹਨੂੰ ਵੀ ਕਰਨ ਦੇ ਆਪਣੇ ਕੋਲੇ ਦੋ ਮੈਥਡ ਹੈ ਆਪਾਂ ਨੂੰ ਇੱਥੇ ਸਰਵੰਗ ਸੰਤਤਾ ਦੀ ਲੋੜ ਨਹੀਂ ਆਪਾਂ ਸਿੱਧਾ ਹੀ ਹੱਲ ਕਰ ਸਕਦੇ ਹਾਂ ਕਿਵੇਂ ਤਿਕੋਣ ए बी सी ਵਿੱਚ AB ਬਰਾਬਰ ਹੈ AC ਕਿਉਂਕਿ ਸਮਦੋਪੁਜੀ ਹੈ ਤਾਂ ਸਾਹਮਣੇ ਵਾਲੇ ਕੋਣ ਵੀ ਕੀ ਹੋਣਗੇ ਬਰਾਬਰ ਕੋਣ 1 ਬਰਾਬਰ ਹੈ ਕੋਣ 2 ਸੌਖਾ ਤੱਕ ਆਸ ਰਿਹਾ ਦੂਸਰਾ ਤਿਕੋਣ BDC ਵਿੱਚ ਤਿਕੋਣ BDC ਵਿੱਚ ਆ ਦੋਨੇ ਬਰਾਬਰ ਹੈ BD ਤੇ DC ਕਿਉਂਕਿ ਸਮਦੋਪੁਜੀ ਹੈ ਤਾਂ ਇਹਦੇ ਸਾਹਮਣੇ ਵਾਲੇ ਵੀ ਕੀ ਹੋਣਗੇ ਬਰਾਬਰ ਕੋਣ 3 ਬਰਾਬਰ ਹੈ ਕੋਣ 4 ਆਪਾਂ ਨੂੰ ਇਹ ਪੂਰਾ ਕੌਣ ਚਾਹੀਦਾ ਹੈ ਤਾਂ ਇਹਦਾ ਮਤਲਬ ਆਪਾਂ ਨੂੰ ਇਹਨਾਂ ਦੋਹਾਂ ਦਾ ਕੀ ਚਾਹੀਦਾ ਹੈ ਜੋੜ ਇੱਕ ਅਤੇ ਦੋ ਨੂੰ ਜੋੜਨ ਤੇ 1+3 2+4 ਹੁਣ 1+3 ਕਿਹੜਾ ਕੋਣ ਬਣ ਗਿਆ ਕੰਪਲੀਟ ए बी डी ए ਕੀ ਬਣ ਗਿਆ 1 ए सी डी ਤਾਂ ਬੜੀ ਆਸਾਨੀ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਇਹਦਾ ਇੱਕ ਤਰੀਕਾ ਹੋਰ ਵੀ ਹੈ ਇੱਕ ਮਾਪਦੰਡ ਜਿਹਦੀ ਹਾਲੇ ਆਪਾਂ ਗੱਲ ਨਹੀਂ ਕੀਤੀ ਉਹ ਇਹਨੂੰ ਆਪਾਂ ਉਸ ਮਾਪਦੰਡ ਨਾਲ ਵੀ ਕਰ ਸਕਦੇ ਆ ਮੈਂ ਤੁਹਾਨੂੰ ਉਹ ਵੀ ਦੱਸ ਦੰਨਾ ਉਹ ਮਾਪਦੰਡ ਕੀ ਕਹਿੰਦਾ ਹੈ ਇੱਥੇ ਆਪਣਾ ਟ੍ਰਿਪਲ ਐਸ ਵਰਤਿਆ ਜਾਊਗਾ ਅਗਰ ਆਪਾਂ ਵਰਤ ਸਕਦੇ ਆ ਦੇਖੋ A B C D ਆ ਇਹਦੇ ਬਰਾਬਰ ਹੈ ਆ ਇਹਦੇ ਬਰਾਬਰ ਹੈ ਤਾਂ ਇਹਨੂੰ ਹੱਲ ਕਰਨ ਲਈ ਆਪਾਂ ਇੱਕ ਰਚਨਾ ਕਰਾਂਗੇ ਰਚਨਾ ਕੀ ਕੀਤਾ ਇਹਨੂੰ ਮਿਲਾਤਾ ਰਤਨਾ ਹਮੇਸ਼ਾ ਦਾਨੇਦਾਰ ਰੇਖਾ ਨਾਲ ਹੁੰਦੀ ਹੈ ਇਹ ਧਿਆਨ ਰੱਖਣੀ ਹੈ ਗੱਲ ਏ ਡੀ ਨੂੰ ਮਿਲਾਇਆ ਹੱਲ ਇੱਕ ਖੱਬੇ ਪਾਸੇ ਵਾਲੀ ਤਿਕੋਣ ਸਾਰੀ ਇੱਕ ਸੱਜੇ ਪਾਸੇ ਵਾਲੀ ਤਿਕੋਣ ਲੈ ਲਈ ਆਪਾਂ ਪਿੱਛੇ ਪਿਛਲੇ ਕੁਝ ਜਿਹੜਾ ਆਪਾਂ ਦਾ ਪਾਰਟ ਕੀਤਾ ਆਲਟਰ ਕੀਤਾ ਹੈ ਉਹਸੇ ਆਪਾਂ ਸਰਵੰਗ ਸਮਤਾ ਨਹੀਂ ਕੀਤਾ ਆਪਾਂ ਸਿੱਧਾ ਸੰਦੋਪੂਜੀ ਵਾਲੀ ਸ਼ਾਸਤ ਲਗਾਈ ਹੈ ਇੱਥੇ ਆਪਾਂ ਸਰਵੰਗ ਸਮਤਾ ਵਰਤ ਰਹੇ ਹਾਂ ਤਾਂ ਖੱਬੇ ਪਾਸੇ ਵਾਲੀ ਤਿਕੋਣ ਹੋਗੀ ਏ ਬੀ ਡੀ ਅਤੇ ਸੱਜੇ ਪਾਸੇ ਵਾਲੀ ਹੋਗੀ AC D ਦੇਖੋ AB ਬਰਾਬਰ ਹੈ AC BD ਬਰਾਬਰ ਹੈ DC ਤੀਜੀ ਸ਼ਰਤ AD ਸਾਂਝਾ ਆ ਗਿਆ ਆ ਤਾਂ ਦੇ ਹੀ ਰੱਖਿਆ ਨੇ ਕਿਉਂਕਿ ਦੋਨੇ ਸਮਦੋਪੂਜਯ ਤਿਕੋਨਾਂ ਨੇ A ਕਿੰਨਾ ਆ ਗਿਆ ਆ ਗਿਆ ਸਾਂਝਾ ਤੇ ਤਿਕੋਨਾਂ ਕੀ ਹੋ ਗਈਆਂ ਸਰਵੰਗਸਮ ਕਿਉਂਕਿ ਇੱਥੇ ਤਿੰਨੇ ਪੁਜਾਵਾਂ ਬਰਾਬਰ ਹੈ ਇਹਨੂੰ ਫਿਲਹਾਲ ਆਪਾਂ ਨਹੀਂ ਵਰਤਿਆ ਤਾਂ ਇੱਕ ਆਲਟਰ ਦੇ ਲਈ ਮੈਂ ਉਹਨੂੰ ਦੱਸ ਰਿਹਾ ਇੱਥੇ ਤਿੰਨੇ ਪੁਜਾਵਾਂ ਉਹ ਆਪਾਂ ਅਗਲੇ ਲੈਕਚਰ 'ਚ ਗੱਲ ਕਰਾਂਗੇ ਤਿੰਨੇ ਪੁਜਾਵਾਂ ਬਰਾਬਰ ਹੋ ਗਈਆਂ ਤਾਂ ਤਿਕੋਣਾਂ ਸਰਵੰਗਸਮ ਹੋ ਗਈਆਂ ਤਾਂ ਜਿਹੜੇ ਉਹਦਾ ਸੰਗਤ ਭਾਗ ਹੋ ਗਿਆ ਉਹਨ ਪੂਰੀ ਤਿਕੋਣ ਦੇ ਵਿੱਚ ਸੰਗਤ ਭਾਗ ਕਿਹੜਾ ਹੋ ਗਿਆ ਏ ਬੀ ਡੀ ਬਰਾਬਰ ਹੈ ਏ ਸੀ ਡੀ ਸੀ ਪੀ ਸੀ ਟੀ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਜੋ ਆਪਣੇ ਕੋਲੇ ਕੁਐਸਚਨ ਹੈ ਹੁਣ ਆਪਾਂ ਇੱਕ ਹੋਰ ਕੁਐਸਚਨ ਤੇ ਗੱਲ ਕਰਦੇ ਆ ਮੇਰੀ ਕੋਸ਼ਿਸ਼ ਹੈ ਜਿੰਨੇ ਕੁ ਮੈਥਡ ਤੁਹਾਨੂੰ ਦੱਸ ਸਕਦਾ ਹਰੇ ਕੁਐਸਚਨ ਦੇ ਮੈਂ ਦੱਸ ਰਿਹਾ ਕੁਐਸਚਨ ਹੈ ਤਿਕੋਣ ABC ਇੱਕ ਸਮਦੋਭੁਜੀ ਤਿਕੋਣ ਹੈ ਤਿਕੋਣ ABC ਇੱਕ ਸਮਦੋਭੁਜੀ ਤਿਕੋਣ ਹੈ ਜਿਸ ਵਿੱਚ AB ਬਰਾਬਰ ਹੈ AC ूजा बीसी नी बराबर है एसी सॉरी पूजा बी ए इस तरह वाया गया है कि पूजा बी ए नाया गया है कि वह डी इस तरह मिलती है कि ए डी बराबर है ए बी सिद्ध करो कौन बी सी डी बराबर है नब्बे डिग्री हम डायग्राम की कह रही है ਕਹਿੰਦੇ ABC ਇੱਕ ਤਿਕੋਣ ਹੈ। ਭੁਜਾ BE ਨੂੰ D ਨਾਲ ਇਸ ਤਰ੍ਹਾਂ ਵਧਾਇਆ ਗਿਆ ਹੈ ਕਿ AD ਬਰਾਬਰ ਹੈ AB ਆਪਾਂ ਦਿੱਤਾ ਹੋਇਆ ਹੈ। ਹੁਣ ਇੱਕ ਸਿੱਧੀ ਜਿਹੀ ਗੱਲ ਆਪਾਂ ਨੂੰ ਭੁਜਾਵਾਂ ਦਿੱਤੀਆਂ ਹੋਈਆਂ ਨੇ AB ਬਰਾਬਰ ਹੈ AC ਹੈ ਇੱਕ ਇੱਕ ਆਪਣੇ ਕੋਲੇ AD ਬਰਾਬਰ ਹੈ AB ਹੈ। ਪਰੰਤੂ ਜੋ ਆਪਾਂ ਸਿੱਧ ਕਰਨਾ ਹੈ ਆਪਾਂ ਕੌਣ ਸਿੱਧ ਕਰਨਾ ਹੈ ਉਹ ਵੀ 90 ਉਹਰੇ ਬਰਾਬਰ ਨਹੀਂ ਸਿੱਧ ਕਰਨਾ ਕਿ ਇੱਕ ਕੋਣ ਦੂਜੇ ਦੇ ਬਰਾਬਰ ਹੈ ਤਾਂ ਕਲੀਅਰ ਹੈ ਇੱਥੇ ਆਪਾਂ ਸਰਵੰਗ ਸਮਤਾ ਨਹੀਂ ਵਰਤ ਸਕਦੇ ਤਾਂ ਇੱਥੇ ਆਪਾਂ ਨੂੰ ਇੱਕ ਰਿਜ਼ਲਟ ਚਾਹੀਦਾ ਹੈ ਆਪਾਂ ਨੂੰ ਪੁਝਾਵਾਂ ਦਿੱਤੇ ਹੋਈਆਂ ਤਾਂ ਆਪਾਂ ਸਭ ਤੋਂ ਫਿਰ ਪਹਿਲਾਂ ਕੀ ਕਰਾਂਗੇ ਕਿਉਂਕਿ ਆਪਾਂ ਨੂੰ ਰਿਜ਼ਲਟ ਕੋਣ ਦੇ ਵਿੱਚ ਚਾਹੀਦਾ ਹੈ ਆਪਾਂ ਕੀ ਕਰਾਂਗੇ ਆਪਾਂ ਪੁਝਾਵਾਂ ਦਾ ਰਿਲੇਸ਼ਨ ਕੋਣ ਦੇ ਵਿੱਚ ਲੈ ਕੇ ਆਵਾਂਗੇ ਕਿਵੇਂ ਅਗਰ AB ਬਰਾਬਰ ਹੈ AC ਕੋਣ 1 ਬਰਾਬਰ ਹੈ ਕੋਣ 2 ਹੈਨਾ AD ਬਰਾਬਰ ਹੈ AB ਹੈ ਪਰੰਤੂ AB AC ਦੇ ਬਰਾਬਰ ਹੈ ਜਦੋਂ A ਬਰਾਬਰ ਇਹਦੇ ਆ ਇਹਦੇ ਤਾਂ ਆ ਵੀ ਆਪਸ ਕੀ ਹੋਗੇ ਫਿਰ ਬਰਾਬਰ ਹੋਗੇ ਦੇਖੋ ਆ ਇਹਦੇ ਬਰਾਬਰ ਹੈ ਆ ਇਸ ਦੇ ਵੀ ਬਰਾਬਰ ਹੈ ਤਾਂ ਆ ਦੋਨੋਂ ਵੀ ਆਪਸ ਕੀ ਹੋਣਗੇ ਬਰਾਬਰ ਤੇ ਜੇ ਆ ਦੋਨੇ ਆਪਸ ਬਰਾਬਰ ਹੋਣਗੇ ਇਹਨਾਂ ਦੇ ਜਿਹੜੇ ਸੰਮੁਖ ਕੋਣ ਹੋਣਗੇ ਉਹ ਵੀ ਆਪਸ ਕੀ ਹੋਣਗੇ ਬਰਾਬਰ ਤਾਂ ਤਿੰਨ ਕਿਹਦੇ ਬਰਾਬਰ ਆ ਗਿਆ ਚਾਰ ਤੇ ਆਪਾਂ ਕੀ ਸਿੱਧ ਕਰਨਾ ਹੈ ਕੋਣ BCD ਮਤਲਬ 2 3 ਨੂੰ ਆਪਾਂ 90 ਸੈੱਟ ਕਰਨਾ ਹੈ ਹੁਣ ਆਪਾਂ ਜਾਣਦੇ ਹਾਂ ਅਸੀਂ ਜਾਣਦੇ ਹਾਂ ਕਿ ਤਿਕੋਣ BCD ਵਿੱਚ ਤਿੰਨੇ ਕੋਨਾਂ ਦਾ ਜੋੜ ਕਿੰਨਾ ਹੁੰਦਾ 180 ਕੋਣ B ਕੰਪਲੀਟ ਕੋਣ C ਜਿਹਨੂੰ ਆਪਾਂ BCD ਲਿਖਾਂਗੇ ਕੋਣ D 180 ਆਹ ਕੋਣ ਇੱਕ ਹੈ ਇਹ ਕੋਣ 2 ਤੇ ਕੋਣ 3 ਆ ਕੋਣ 4 ਹੈ ਬਰਾਬਰ 180 ਆਪਾਂ ਜੋ ਸਿੱਧ ਕਰਨਾ ਹੈ 2 ਤੇ 3 ਹੈ ਤਾਂ ਕਲੀਅਰ ਹੈ ਇਹ ਦੋਨੋਂ ਆਪਾਂ ਨੂੰ ਚਾਹੀਦੇ ਨੇ ਆਪਾਂ ਨੇ ਆ ਖਤਮ ਕਰਨੇ ਆ ਦੇਖਦੇ ਆ ਇੱਕ ਕਿਹਦੇ ਬਰਾਬਰ ਆ ਗਿਆ 2 ਦੇ ਤਾਂ ਉਰੇ 2 ਆ ਗਿਆ 4 ਕਿਹਦੇ ਬਰਾਬਰ ਆ ਗਿਆ 3 ਦੇ ਤਾਂ ਦੇਖੋ ਆਪਣੇ ਕੋਲ ਕੀ ਬਣ ਗਿਆ ਕੋਣ 2 ਆ ਉਮੇ ਦਾ ਉਮੇ ਆ ਉਮੇ ਦਾ ਉਮੇ ਕੋਣ 3 180 ਦੋ ਬਾਰ ਕੋਣ 2 ਆ ਗਿਆ ਦੋ ਬਾਰ ਕੋਣ 3 ਆ ਗਿਆ 180 ਦੋ ਨਾਲ ਵੰਡਣ ਤੇ ਇਹਨੂੰ ਦੋ ਨਾਲ ਵੰਡਤਾ ਇਹਨੂੰ ਦੋ ਨਾਲ ਵੰਡਤਾ ਇਹਨੂੰ ਦੋ ਨਾਲ ਵੰਡਤਾ ਤਾਂ ਕਿੰਨਾ ਆ ਗਿਆ 90 ਤਾਂ ਕੋਣ 2 ਕੋਣ 3 ਕਿਹਦੇ ਬਰਾਬਰ ਆ ਗਿਆ 90 ਦੇ ਤਾਂ ਇਹ ਆਪਣੇ ਕੋਲ ਕੀ ਆ ਗਿਆ ਰਿਜ਼ਲਟ ਆ ਦੋਸਤੋ ਇਹੇ ਸੀ ਆਪਣੇ ਕੋਲੇ ਸੰਦੋਪੁਜੀ ਤਿਕੋਣ ਦੇ ਨਾਲ ਸੰਬੰਧਿਤ ਸਰਵੰਗ ਸੰਪਤਾ ਦੇ ਜਾਂ ਉਹਦੇ ਰਿਜ਼ਲਟ ਦੇ ਕੁਐਸਚਨ ਥੈਂਕ ਯੂ